ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋਵੇ, ਤੰਦਰੁਸਤ ਹੋਵੋਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਅਤੇ ਦੇਖ ਹੱਸਦੇ ਵੱਸਦੇ ਰਹੋ। ਵੀਡੀਓ ਦਾ ਟੋਪਿਕ ਸੁਣਨ ਤੁਸੀਂ ਦੇਖ ਲਿਆ IRCC ਬਲੰਡਰਸ। ਹਾਲੇ ਤੱਕ ਤੁਹਾਡੇ ਮਨ 'ਚ ਬਹੁਤ ਸਵਾਲ ਖੜ੍ਹੇ ਹੋ ਗਏ ਹੋਣਗੇ ਵੀ IRCC ਨੇ ਹੁਣ ਕੀ ਬਲੰਡਰ ਕਰ ਦਿੱਤਾ। IRCC ਜਦੋਂ ਆਪਾਂ ਮੈਸੇਜ ਫਾਈਲ ਕਰਦੇ ਹਾਂ, ਦੋ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਆਪਣਾ ਵੀਜ਼ਾ ਆ ਜਾਂਦਾ ਜਾਂ ਤਾਂ ਰਿਜੈਕਸ਼ਨ ਆ ਜਾਂਦੀ ਹੈ। ਇਸ 'ਤੇ ਬਹੁਤ ਵੀਡੀਓਜ਼ ਬਣ ਚੁੱਕੀਆਂ ਨੇ, 5-6 ਤਾਂ ਮੈਂ ਹੀ ਬਣਾ ਦਿੱਤੇ ਹੈਗੀਆਂ। ਸੋ ਇਹ IRCC ਤੁਹਾਡੀ ਫਾਈਲ ਨੂੰ ਅਸੈਸ ਕਰਦੀ ਹੈ। ਇਹਦੇ ਵੱਲੋਂ ਕਾਫੀ ਵਾਰੀ ਬਲੰਡਰਸ ਹੋਏ ਨੇ, ਕਿਸੇ ਹੋਰ ਦੇ GIC ਤੇ GCK ਤੇ ਕਿਸੇ ਹੋਰ ਨੂੰ ਅਪਡੇਟ ਦੇ ਦਿੱਤੀ ਗਈ, ਵੀਜ਼ੇ ਤੋਂ ਬਾਅਦ ਇਧਰੋਂ PPR ਦੇ ਦਿੱਤੀ, PPR ਤੋਂ ਬਾਅਦ ਬੱਚੇ ਨੂੰ ਮੇਲ ਆ ਗਈ, ਬੱਚੇ ਨੇ ਪਾਸਪੋਰਟ ਭੇਜਤਾ ਵੀ ਚਲੋ ਜੀ ਆ ਕੇ ਵੀ ਸਟੈਂਪਿੰਗ ਹੋ ਗਈ, ਬੱਚਾ ਕੁਛ, ਪੇਰੈਂਟ ਕੁਛ, ਫੈਮਿਲੀ ਕੁਛ, ਏਜੰਟ ਨੂੰ ਪੈਸੇ ਵੀ ਦੇਤੇ। ਕਈਆਂ ਦਾ PPR ਤੇ ਹੁੰਦਾ ਪੇਮੈਂਟ, ਕਿਸੇ ਨੇ ਪ੍ਰਾਈਵੇਟ ਪੈਕੇਜ ਕਰਿਆ ਹੁੰਦਾ, ਕਿਸੇ ਨੇ 100 ਸਾਈਆਂ ਵਧਾਈਆਂ ਹੁੰਦੀਆਂ ਨੇ, ਪਾਸਪੋਰਟ ਭੇਜਿਆ, ਆਖੇ ਜੀ GCK ਤੇ ਮੇਲ ਆ ਗਈ ਬੱਚੇ ਨੂੰ ਕਿ ਤੁਹਾਡਾ ਵੀਜ਼ਾ ਅਪਰੂਵ ਨਹੀਂ ਹੋਇਆ। ਸੋ ਉਹ ਇੱਕ ਸਾਡੇ ਵੱਲੋਂ ਗਲਤੀ ਸੀ, ਉਹ ਹਾਲੇ ਤੁਹਾਡੀ ਫਾਈਲ ਅੰਡਰ ਪ੍ਰੋਸੈਸ ਹੈ। ਤਾਂ ਉਸ 'ਚ ਬੱਚਾ ਕੀ ਕਰੇ? ਉਹ ਕਹਿੰਦੇ ਨੇ ਨਾ ਵੀ ਜਾਂ ਤਾਂ ਇੱਕ ਪਾਸਾ ਕਰੇ, ਹਲਾਲ ਕਰਕੇ ਨਾ ਮਾਰੋ, ਜਾਂ ਤਾਂ ਉਹ ਕਰੋ। ਦੇਖੋ ਚੀਜ਼ਾਂ ਇਹ ਨੇ ਕਿ IRCC ਵੱਲੋਂ ਜਿਹੜੀ ਇਹ ਗਲਤੀ ਹੈ, ਸੋ ਮੈਂ ਇਸ ਦਾ ਪ੍ਰੈਕਟੀਕਲ ਤੌਰ 'ਤੇ ਮੈਂ ਇਹ ਨਹੀਂ ਚੀਜ਼ ਕਹੂੰਗਾ ਵੀ ਹਾਂਜੀ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ। ਦੇਖੋ ਜੀ IRCC ਕੋਈ ਛੋਟੀ ਚੀਜ਼ ਤਾਂ ਹੈ ਨਹੀਂ, ਬਹੁਤ ਵੱਡੀ ਵੀਜ਼ਾ ਅੰਬੈਸੀ ਜਿਹੜੀ ਤੁਹਾਨੂੰ ਵੀਜ਼ਾ ਦਿੰਦੀ ਹੈ, ਬਹੁਤ ਵੱਡੀ ਇੱਕ ਚੀਜ਼ ਹੈ ਜੀ। ਸੋ ਉਹਨਾਂ ਤੋਂ ਇੱਦਾਂ ਦੇ ਬਲੰਡਰ ਹੋਣਾ ਆਪਾਂ ਨਹੀਂ ਕਹਿ ਸਕਦੇ ਕਿ ਸੁਭਾਵਿਕ ਨੇ। ਸੋ ਇਹ ਬਹੁਤ ਨਿੰਦਣਯੋਗ ਚੀਜ਼ ਹੈ। ਬਟ ਸਟੂਡੈਂਟ ਨੂੰ ਮੈਂ ਕਹਿਣਾ ਚਾਹੂੰਗਾ ਵੀ ਸਟ੍ਰੈਸ ਲੈਣ ਦੀ ਕੋਈ ਲੋੜ ਹੈ ਨਹੀਂ। ਤੁਸੀਂ ਕੀ ਕਰ ਸਕਦੇ ਹੋ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ, ਪ੍ਰੋਪਰਲੀ ਮੈਂ ਨੌਲੇਜ ਦੇ ਕੇ ਜਾਊਂਗਾ ਤੁਹਾਨੂੰ। ਫਾਈਲ ਜਦੋਂ ਆਪਾਂ ਮੈਸੇਜ ਲਗਾਉਂਦੇ ਹਾਂ ਨਾ, ਜੇ ਤਾਂ ਵੀਜ਼ਾ ਅਪਰੂਵਲ ਆ ਗਿਆ, ਅਪਰੂਵਲ ਤੋਂ ਬਾਅਦ ਆਪਾਂ ਨੂੰ ਕੀ ਹੁੰਦਾ ਜੀ, ਸਾਰੇ ਅਪਡੇਸ਼ਨ ਤੋਂ ਬਾਅਦ ਕਿ PPR ਆ ਜਾਂਦੀ ਹੈ ਵੀ ਪਾਸਪੋਰਟ ਰਿਕੁਐਸਟ ਹੋ ਗਿਆ, ਵੀ PPR ਆ ਗਿਆ, ਪੇਜ ਆ ਗਿਆ, ਇੱਕ ਪਰਚਾ ਜਾ ਗਿਆ ਮੇਲ ਦੇ ਥਰੂ, ਤੁਸੀਂ ਕੱਟ ਕੇ ਕਰ ਲਿਆ, ਠੀਕ ਹੈ, ਖੁਸ਼ ਹੋ ਗਏ, ਡੱਬਾ ਮਿਠਾਈਆਂ ਬਟਾਤੀਆਂ ਜਿੱਦਾਂ ਅਸੀਂ ਕਰਦੇ ਹਾਂ। ਬਾਅਦ 'ਚੋਂ ਪਾਸਪੋਰਟ ਭੇਜੇ ਜੀ, ਆਖੇ ਉਹ ਨਹੀਂ ਆਇਆ, ਅਤੇ ਜਵਾਕ ਕੀ ਹੈ, ਜਵਾਕ ਆਪਣੇ ਪੇਰੈਂਟ ਨਾਲ ਜਾ ਕੇ ਏਜੰਟ ਦੇ ਗੱਲਾਂ ਮੈਨੂੰ ਹੱਥ ਪਾ ਲੈਂਦਾ ਅਗਲਾ, ਜਾਂ ਕਿਸਾਨ ਧਰਨੇ ਵਾਲੇ ਚੱਲ ਪੈਂਦੇ ਨੇ, ਉਹ ਨਹੀਂ ਮਾਤੇ ਪੁੱਤ ਸੋਚਦੇ ਵੀ ਕੀ ਗੱਲ ਹੈ, ਹਾਂਜੀ ਏਜੰਟ ਕੋਲ ਜਾਣਾ, ਚਲੋ ਜੀ, ਉਹ ਤਾਂ ਸੋਚਦੇ ਨਹੀਂ ਵੀ ਜਿਹੜੇ ਏਜੰਟ ਕੋਲ ਜਾ ਰਹੇ ਹੋ ਵੀ ਉਹ ਕਿਹੜਾ ਵੀ ਪਾਕਿਸਤਾਨ ਤੋਂ ਆਇਆ ਜਾਂ ਦੁਬਈ ਤੋਂ ਟਰਾਂਸਪੋਰਟ ਕਰਾਇਆ, ਉਹ ਵੀ ਤਾਂ ਕਿਸਾਨ ਧਰਨੇ 'ਚੋਂ ਹੀ, ਮਤਲਬ ਕਿਸਾਨ ਧਰਨੇ 'ਚ ਹੀ ਜਾਂਦਾ ਰਹੇ ਉਹ ਵੀ, ਹੈ ਨਾ। ਸੋ ਸਪਸ਼ਟੀਕਰਨ ਦੇਖੋ, ਏਜੰਟ ਸਹੀ ਹੈ ਜਾਂ ਬੱਚਾ ਸਹੀ ਹੈ, ਅਤੇ ਇੱਥੇ ਗਲਤੀ ਕਿਸੇ ਨੇ, ਗਲਤੀ IRCC ਦੀ ਹੈ। IRCC ਗਲਤੀ ਤਾਂ ਖਾਮੀ ਆ ਜਾ, ਬੱਚਿਆਂ ਕਿਉਂ ਭੁਗਤੇ, ਏਜੰਟ ਕਿਉਂ ਭੁਗਤੇ? ਪਹਿਲਾਂ 100 ਚੋਂ ਕੋਈ ਕਦੀ ਫਾਈਲ ਹੋ ਜਾਂਦੀ ਸੀ? ਦੇਖੋ ਪੂਰੀਆਂ 9 ਕਾਲਸ ਪਿਛਲੇ 7-8 ਦਿਨਾਂ ਦੇ ਵਿੱਚ ਸਾਡੀ ਪਟਿਆਲਾ ਦੀ ਟੀਮ ਨੂੰ ਵੀ ਆ ਚੁੱਕੀਆਂ ਨੇ। ਪਟਿਆਲਾ ਦੇ ਵਿੱਚ ਕਿੰਨੀਆਂ ਕੰਪਨੀਜ਼ ਨੇ, ਪੰਜਾਬ ਦੇ ਵਿੱਚ ਕਿੰਨੀਆਂ ਨੇ, ਇੰਡੀਆ ਲੈਵਲ 'ਤੇ ਕਿੰਨੀਆਂ ਨੇ, ਬਹੁਤ ਸਟੂਡੈਂਟਸ ਨਾਲ ਹੁੰਦੀਆਂ ਨੇ ਚੀਜ਼ਾਂ। ਸੋ ਉੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ। ਜੇ ਕਿਸੇ ਨਾਲ ਤੁਸੀਂ ਸਾਈ ਵਧਾਈ ਕਰੀ ਹੋਈ ਹੈ ਉਹ ਵੀ ਨਹੀਂ ਦੇਖੋ, ਜਦੋਂ ਆਪਾਂ ਵੀਜ਼ਾ ਅੰਬੈਸੀ 'ਚ ਲਗਾਉਂਦੇ ਹਾਂ, PPR ਆ ਗਏ, PPR ਤੋਂ ਬਾਅਦ ਤੁਸੀਂ ਪਾਸਪੋਰਟ ਭੇਜ ਦਿੱਤਾ, 1 ਵੀਕ ਤੋਂ ਬਾਅਦ ਇਹ ਵੀ ਨਹੀਂ ਵੀ ਅੱਜ PPR ਆ ਗਈ, ਬੱਚਾ ਖੁਸ਼ ਹੋਇਆ ਨਾਲ ਦੀ ਨਾਲ, ਅਗਲੇ ਦਿਨ ਜਾਂ 2 ਦਿਨਾਂ ਬਾਅਦ ਤੁਹਾਨੂੰ ਆ ਜਾਏ ਕਿ ਉਹ ਗਲਤੀ ਸੀਗੀ, PPR ਨਹੀਂ, ਕਿ ਤੁਹਾਡੀ ਫਾਈਲ ਇਜ਼ ਅੰਡਰ ਪ੍ਰੋਸੈਸ। ਔਰ ਜਿਹੜੇ ਬੱਚਿਆਂ ਦੀ ਫਾਈਲ ਪ੍ਰੋਸੈਸ ਆ, ਸਾਰੇ ਬੱਚਿਆਂ ਦੀ ਪ੍ਰੋਫਾਈਲ 99% ਸਕਸੈਸ ਰੇਟ ਵਾਲੀ, ਈਵਨ 100% ਵਾਲੀ, ਕਿਸੇ ਦੇ 6 ਬਣ, ਕਿਸੇ 6.5 ਬਣ, ਕਿਸੇ 65 PD ਸਕੋਰ, ਇੱਕ ਅੱਧੀ ਨੌਨ SDS ਕੈਟੇਗਰੀ, ਬਟ ਉਹਨਾਂ ਦੇ ਵੀ 82-84%। ਬਟ ਇਹ ਨਹੀਂ ਕਹਿ ਸਕਦੇ ਆਪਾਂ ਕਿ ਸਕਸੈਸ ਰੇਟ ਕਾਫੀ ਇਹਦਾ ਹਾਈ ਹੋ ਗਏ ਇਸ ਚੀਜ਼ ਤੋਂ ਵੀ, ਅਗਰ ਉਹ PPR ਕਰਕੇ ਪ੍ਰੋਬਲਮ ਆ ਗਈ ਤਾਂ ਮੇ ਬੀ ਵੀਜ਼ਾ ਦੇ ਦੇ। ਜੇ ਦੇਣਾ ਹੁੰਦਾ ਤਾਂ ਉਹ ਚੀਜ਼ ਨੇ, ਇਹ ਨਾ ਕਹਿੰਦੇ ਵੀ ਹਾਂਜੀ ਵੀ ਉਹ ਗਲਤੀ ਹੋ ਗਈ, ਗਲਤੀ IRCC ਤੋਂ ਹੁੰਦੀ ਹੈ, ਠੀਕ ਹੈ। ਅਤੇ ਆਇਆ ਮੇਲ ਕੀ ਆਈ ਕਿ ਫਾਈਲ ਇਜ਼ ਇਨ ਅੰਡਰ ਪ੍ਰੋਸੈਸ, ਜੇ ਤੁਹਾਨੂੰ ਈਮੇਲ ਸੈਂਡ ਹੋ ਜੋ ਵਾਸ ਬਾਈ ਮਿਸਟੇਕ, ਤੁਹਾਡੀ ਫਾਈਲ ਹਾਲੇ ਵੀ ਪ੍ਰੋਸੈਸ ਹੈ। ਇੱਥੇ ਤੁਸੀਂ ਕੋਈ ਵੀ ਮੁੱਦਾ ਚੱਕ ਨਹੀਂ ਸਕਦੇ ਹੈਗੇ, ਠੀਕ ਹੈ। ਤੁਸੀਂ ਉਹਨਾਂ ਨੂੰ ਕੋਈ ਮੇਲ ਵਗੈਰਾ ਪਾ ਕੇ ਕੁਛ ਨਹੀਂ ਕਹਿ ਸਕਦੇ ਵੀ ਹਾਂਜੀ ਵੀ ਤੁਸੀਂ ਸਾਨੂੰ ਵੀਜ਼ਾ ਦਿੱਤਾ ਸੀ, ਜਾਂ ਬਾਅਦ 'ਚ ਹੁਣ ਰਿਜੈਕਸ਼ਨ ਆ ਗਈ, ਰੱਬ ਨਾ ਕਰੇ, ਠੀਕ ਹੈ, ਜਾਂ ਹੁਣ ਸਾਡਾ ਟਾਈਮ ਵੇਸਟ ਕਿਉਂ ਕਰਤਾ, ਇਹ ਹੋ ਗਿਆ। ਉਹਨਾਂ ਨੇ ਸਿੰਪਲੀ ਇਹ ਚੀਜ਼ ਗੱਲ ਕਹਿਣੀ ਹੈ ਵੀ ਇਹ ਬਾਏ ਮਿਸਟੇਕ ਚੀਜ਼ ਹੋਗੀ, ਅਤੇ ਉਹ ਇਸ ਚੀਜ਼ ਦਾ ਸਪਸ਼ਟੀਕਰਨ ਲੈ ਕੇ ਖਤਮ ਕਰ ਦੇਣਗੇ। ਇਸ ਤੋਂ ਬਾਅਦ ਉਹਨਾਂ ਵੱਲੋਂ ਸਪਸ਼ਟੀਕਰਨ ਲੈਣ ਦੇ ਆਪਾਂ ਨਹੀਂ ਲੈ ਸਕਦੇ, ਨਾ ਹੀ ਉਹ ਦੇਣ ਦੇ ਸਮਰੱਥ ਹੈਗੇ, ਨਾ ਹੀ ਉਹਨਾਂ ਨੇ ਦੇਣਾ, ਕਿਉਂਕਿ ਬਹੁਤ ਫਾਈਲਸ ਨੇ। ਆਪਾਂ ਇਹ ਸਮਝ ਸਕਦੇ ਹਾਂ ਕਿ ਫਾਈਲਸ ਬਹੁਤ ਜ਼ਿਆਦਾ ਹੋਣ ਕਰਕੇ IRCC ਨੂੰ ਦਿੱਕਤ ਸਹਿਣੀ ਪੈ ਰਹੀ ਹੈ।
ਬਟ ਬੱਚਾ ਇਹ ਚੀਜ਼ ਭੁਗਤ ਸਕਦਾ ਕਿ ਮਹੀਨੇ ਤੋਂ ਪ੍ਰੋਸੈਸਿੰਗ ਟਾਈਮ 2 ਮਹੀਨੇ ਦਾ ਹੋ ਜਾਵੇ, 40 ਤੋਂ 45 ਦਿਨ ਦਾ ਟਾਈਮ ਹੁੰਦਾ ਜੀ, 2 ਮਹੀਨੇ 3 ਮਹੀਨੇ, ਸਪਾਊਸ ਨੂੰ ਕਾਫੀ ਟਾਈਮ ਲੱਗ ਰਿਹਾ, ਵਿਜ਼ਟਰ ਨੂੰ ਕਾਫੀ ਟਾਈਮ ਲੱਗ ਰਿਹਾ, ਫੰਕਸ਼ਨ ਬੱਚਿਆਂ ਦੇ ਚਲੇ ਗਏ, ਡੈਫਰ ਕਰਨਾ ਪੈ ਗਿਆ, ਸਪਾਊਸ 'ਚ ਦਿੱਕਤ ਆ ਗਈ, ਪੇਰੈਂਟਸ ਅਤੇ ਬੱਚੇ ਦਾ ਐਂਗਜ਼ਾਇਟੀ ਲੈਵਲ ਹਾਈਕ ਅਪ ਹੋ ਗਿਆ ਯਾਰ ਵੀ ਹਾਲੇ ਤੱਕ ਵੀਜ਼ਾ ਪ੍ਰੋਸੈਸ ਹੀ ਨਹੀਂ ਆਇਆ। ਜਿਹੜਾ ਬੱਚਾ ਸਹੀ ਹੈ, ਗਲਤੀ ਦੇ ਕੱਦਾ ਕਰਦਾ, ਭੁਗਤਣਾ ਸਾਰਿਆਂ ਨੂੰ ਪੈਂਦਾ, ਚਾਹੇ ਏਜੰਟ ਆ ਚਾਹੇ ਬੱਚਾ ਹੈ, ਅਤੇ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ। ਫਿਰ ਬੱਚਾ ਕੀ ਕਰੇ ਹੁਣ, ਅਗਰ IRCC ਇਹ ਦਿੱਕਤ ਆ ਗਈ, ਫਿਰ ਵੀ ਬੱਚਾ ਕਹਿੰਦਾ ਵੀ ਕੋਈ ਗੱਲ ਨਹੀਂ, ਕੀ ਗੱਲ IRCC ਨੂੰ ਆਪਾਂ ਪੈਸੇ ਨਹੀਂ ਭਰਦੇ, ਅੰਬੈਸੀ ਫੀਸ ਨਹੀਂ ਕਰਦੇ, ਉਹਨਾਂ ਦਾ ਹੱਕ ਬਣਦਾ ਕਿ ਪ੍ਰੋਪਰ ਫਾਈਲਿੰਗ ਦੇਖ ਚੈੱਕ ਕਰਨ ਦਾ ਕਿ ਬੱਚੇ ਦਾ ਵੀਜ਼ਾ ਅਪਰੂਵਲ ਹੈ ਜਾਂ ਡਿਸਅਪਰੂਵਲ ਹੈ। ਇੱਥੇ ਹੁਣ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ, ਜਦੋਂ ਤੁਹਾਡੇ PPR ਆ ਗਈ, ਕਿਸੇ ਕੋਲ ਰੌਲਾ ਨਾ ਪਾਓ, ਠੀਕ ਹੈ। ਹੁਣ ਆਪਣੀ ਵੀ ਜਿਹੜੀਆਂ ਫਾਈਲਸ ਅਗਰ ਨੇ ਉਹ ਵੀ ਬੱਚੇ ਹੁਣ ਸਾਨੂੰ ਪੁੱਛਣਗੇ, ਕਿਉਂਕਿ ਪਹਿਲਾਂ ਵਾਲੀ ਵੀਡੀਓ ਤੋਂ ਵੀ ਬੱਚੇ ਪੁੱਛਦੇ ਹੁੰਦੇ ਸਰ ਇਹ ਚੀਜ਼ ਆ ਗਈ। ਦੇਖੋ ਸਕਸੈਸ ਰੇਟ ਹੁੰਦਾ ਜੀ ਵੀ ਹਾਂ, ਸਾਨੂੰ ਵੀ ਚਾਂਸਿਸ ਸਾਨੂੰ ਲੱਗਦਾ ਵੀ ਚਾਂਸਿਸ 100% ਨੇ, ਕੋਈ 100 'ਚ 1-2 ਕੇਸ ਲੱਗਦਾ, ਬਟ ਹੁਣ ਥੋੜ੍ਹਾ ਜਿਹਾ ਹੈ ਇਹ ਪਰਸੈਂਟੇਜ 100 ਤੋਂ 1-2% ਦੀ ਵਜ੍ਹਾ 6-7% ਹੋ ਗਈ, ਬਟ ਇਹ ਟੈਂਪਰਰੀ ਹੈ, ਪਰਮਾਨੈਂਟ ਨਹੀਂ ਹੈਗੀ। ਸਾਲ 'ਚ ਕੋਈ 5-6 ਕਲਾਇੰਟਸ ਨਾਲ ਹੋ ਗਿਆ, ਬਟ ਹੁਣ ਮਹੀਨੇ 'ਚ 8-9 ਤਾਂ ਸਾਡੇ ਨਾਲ ਗੱਲਬਾਤ ਕਰ ਦਿਓ, ਬਟ ਵੈਸੇ ਸਾਡੇ ਸਟੂਡੈਂਟ ਨੂੰ ਕੋਈ ਚੀਜ਼ ਨਹੀਂ ਹੋਈ। ਇਹਦਾ ਇਹ ਕੰਸਰਨ ਹੈ, ਜਦੋਂ ਤੁਹਾਡਾ PPR ਆ ਗਈ, ਤੁਸੀਂ ਨੋਰਮਲ ਲੈ ਕੇ ਚਲੋ, ਸਟ੍ਰੈਸ ਨਾ ਲਓ। ਜਦੋਂ ਤੁਹਾਨੂੰ PPR ਆ ਗਈ, PPR ਤੋਂ ਬਾਅਦ ਗਿਆ ਤੁਸੀਂ ਆਪਣਾ ਪਾਸਪੋਰਟ ਭੇਜੋ, ਜਦੋਂ ਸਟੈਂਪਿੰਗ ਹੋ ਕੇ ਆ ਗਿਆ ਫਿਰ ਹੀ ਤੁਸੀਂ ਆਪਣੇ ਭੈਣ ਭਰਾ ਨੂੰ ਦੱਸੋ, ਰਿਸ਼ਤੇਦਾਰਾਂ ਨੂੰ ਦੱਸੋ ਜਿੱਥੇ ਤੁਸੀਂ ਲਘੋ ਰੱਖਦੇ ਹੋ, ਹੈ ਨਾ, ਰਿਸ਼ਤੇਦਾਰਾਂ ਨੂੰ ਦੱਸੋ ਜਿੱਥੋਂ ਵੀ ਆਖੇ ਤੁਸੀਂ ਪ੍ਰੈਕਟੀਕਲ ਵਰਲਡ 'ਚ ਜਾਣਾ ਕੈਨੇਡਾ, ਇੱਥੇ ਆਪਾਂ ਕਹਿੰਦੇ ਰਿਸ਼ਤੇਦਾਰਾਂ ਨੂੰ ਦੱਸਣਾ ਇਹ ਨਹੀਂ ਹੋਣਾ ਉਹ ਨਹੀਂ ਹੋਣਾ, ਗੋਰੇ ਚੀਜ਼ ਤੋਂ ਬੜੇ ਮੁਕਤ ਨੇ, ਹਰ ਇਹ ਚੀਜ਼ਾਂ ਨੇ ਸਹੀਆਂ ਨੇ ਉਹਨਾਂ ਦੀਆਂ, ਉਹ ਤਾਂ ਹੀ ਰਿਲੈਕਸ ਰਹਿੰਦੇ ਨੇ, ਆਪਣੇ ਵਾਲਾ ਕੰਮ ਨਹੀਂ, ਚਾਚੇ ਤਾਏ ਨੂੰ ਉਹਨਾਂ ਦੱਸੋ, ਉਹਨਾਂ ਨੂੰ ਦੱਸੋ ਕਿੱਥੇ ਚੱਲ ਗਏ, ਕਿੱਥੇ ਆ ਗਏ, ਇਹ ਬੜੀਆਂ ਘਟੀਆਂ ਚੀਜ਼ਾਂ ਨੇ, ਇਹਨਾਂ ਤੋਂ ਅਵੋਇਡ ਕਰੋ ਜਿੰਨਾ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਵੀਜ਼ਾ ਸਟੈਂਪ ਹੋ ਗਿਆ, ਫਿਰ ਹੀ ਤੁਸੀਂ ਕੋਈ ਪਬਲਿਕ ਦਾ ਪੈਕੇਜ ਕੀਤਾ, ਸੁਣੋ ਧਿਆਨ ਨਾਲ, ਕੋਈ ਪ੍ਰਾਈਵੇਟ ਦਾ ਪੈਕੇਜ ਕੀਤਾ, ਯੂਨੀਵਰਸਿਟੀ ਦਾ ਕਰਿਆ ਏਜੰਟ ਨਾਲ, ਪਾਸਪੋਰਟ ਸਟੈਂਪਿੰਗ 'ਤੇ ਹੀ ਏਜੰਟ ਨੂੰ ਪੈਸੇ ਦਿਓ, ਕਿਉਂਕਿ PPR 'ਤੇ ਤੁਸੀਂ ਏਜੰਟ ਨੂੰ ਪੈਸੇ ਦੇ ਤੇ ਕੁਛ 5-4 ਲੱਖ ਦੇ ਤਾ, ਉਸ ਤੋਂ ਬਾਅਦ ਇਹ ਪ੍ਰੋਬਲਮ ਆ ਗਈ, ਰੱਬ ਨਾ ਕਰੇ ਥੋੜ੍ਹੀ ਰਿਜੈਕਸ਼ਨ ਆ ਗਈ, ਏਜੰਟ ਤੋਂ ਪੈਸੇ ਲੱਗ ਜਾਣੇ ਨੇ ਜੀ, ਤੁਹਾਡੀ ਇੰਸਲਟ ਹੋ ਜਾਣੀ ਹੈ, IRCC ਨੇ ਉਸ ਚੀਜ਼ ਦਾ ਖਾਮੀਆਜ਼ਾ ਨਹੀਂ ਭੁਗਤਣਾ। ਪਾਸਪੋਰਟ ਸਟੈਂਪਿੰਗ 'ਤੇ ਹੀ ਆਪਣਾ ਰੌਲਾ ਪਾਓ, ਉਸ ਤੋਂ ਬਾਅਦ ਹੀ ਤੁਸੀਂ ਦੱਸੋ ਜਿਹਨੂੰ ਵੀ ਤੁਸੀਂ ਦੱਸਣਾ ਚਾਹੁੰਦੇ ਹੋ। ਬਾਕੀ ਇਹ ਅਪਡੇਟ ਹੈ ਜੀ, ਅਗਰ ਕੋਈ ਹੋਰ IRCC ਬਲੰਡ ਰਹੇਗੀ ਤੁਹਾਨੂੰ ਬਹੁਤ ਜਲਦੀ ਅਪਡੇਟ ਦਿੱਤੀ ਜਾਊਗੀ। ਪ੍ਰੋਪਰਲੀ ਦੇਖ ਲਿਓ ਵੀਡੀਓ, ਨੌਲੇਜਬਲ ਹੈ, ਸ਼ੇਅਰ ਜ਼ਰੂਰ ਕਰੇ ਉਹਨਾਂ ਨੂੰ ਜਿਹੜੇ ਕੈਨੇਡਾ ਦਾ ਪ੍ਰੋਸੈਸ ਕਰ ਰਹੇ ਨੇ, ਜਿਹਨਾਂ ਦੀ ਫਾਈਲ ਅੰਡਰ ਪ੍ਰੋਸੈਸ ਆ, ਜਿਹੜੀ ਔਨਲਾਈਨ ਟਾਈਮ 'ਤੇ, ਕਿਉਂਕਿ ਤੁਹਾਨੂੰ ਹੈਲਪ ਕਰ ਸਕਦੇ, ਸਟ੍ਰੈਸ ਲੈਣ ਦੀ ਕੋਈ ਲੋੜ ਨਹੀਂ। ਮੇਰਾ ਕਹਿਣ ਦਾ ਮੋਟਿਵ ਐਟ ਦਾ ਐਂਡ ਹੀ ਐਂਡ ਆਫ ਦਾ ਡਿਸਕਸ਼ਨ ਇਜ਼ ਦਿਸ ਕਿ PPR ਤੋਂ ਬਾਅਦ ਜਦੋਂ ਤੁਹਾਡਾ ਪਾਸਪੋਰਟ ਸਟੈਂਪ ਆ ਗਿਆ ਫਿਰ ਹੀ ਤੁਸੀਂ ਕਿਸੇ ਨੂੰ ਦੱਸੋ। ਅਗਰ ਇਹ ਪ੍ਰੋਬਲਮ ਆ ਗਈ ਤਾਂ ਸਕਸੈਸ ਰੇਟ ਤਾਂ ਦੇਖੋ ਜੀ ਤੁਹਾਡੀ ਫਾਈਲ 'ਤੇ ਹੈ, ਡਿਪੈਂਡ ਕਰਦਾ ਕੀ ਹੈ। ਬਾਕੀ ਤੁਹਾਡੀ ਟੀਮ ਨਾਲ ਗੱਲ ਕਰ ਸਕਦੋ, ਮੇਰੇ ਨਾਲ 1-on-1 ਗੱਲ ਕਰ ਸਕਦੇ, ਅਪੋਇੰਟਮੈਂਟ ਲੈ ਕੇ ਫਰੀ ਆਫ ਕੋਸਟ ਮੈਂ ਤੁਹਾਨੂੰ ਸੁਜੈਸ਼ਨ ਦੇਣ ਨੂੰ ਰੈਡੀ ਹਾਂ। ਬਾਕੀ ਨੈਕਸਟ ਵੀਡੀਓ ਗੱਲ ਕਰਾਂਗੇ, ਟਿਲ ਦੈਨ ਟੇਕ ਕੇਅਰ, ਗੁੱਡ ਬਾਏ, ਰੱਬ ਰੱਖਾ।